ਤੁਸੀਂ ਤਾਂ ਹੁਣ ਕਹਿ ਰਹੇ ਹੋ ਮੈਂ 2005 'ਚ ਆਇਆ ਸੀਗਾ ਜੀ ਮਾਰਚ 'ਚ, ਇੱਕ ਗਾਣਾ ਮੇਰਾ ਭਾਵੇਂ ਫੁਲਕਾਰੀ ਉੱਤੇ ਵੇਲ ਬੂਟੀਆਂ ਮਿੱਤਰਾਂ ਦੇ ਚਾਦਰੇ 'ਤੇ ਪਾ ਦੇ ਮੋਰਨੀ, ਸੁਪਰ ਹਿੱਟ ਗਾਣਾ ਸੀ ਉਸ ਟਾਈਮ, ਹਰੇਕ ਵਿਆਹ 'ਤੇ ਉਹ ਵੱਜਦਾ ਸੀ। ਮੈਂ ਉਸ ਟਾਈਮ ਕੈਨੇਡਾ 'ਚ ਸਵੇਰੇ 4 ਵਜੇ ਉੱਠਦਾ ਸੀ, ਅਖਬਾਰ ਸਿੱਟਣ ਜਾਂਦਾ ਸੀ, ਉਸ ਤੋਂ ਬਾਅਦ ਮੈਂ 9 ਕੁ ਵਜੇ ਪਹੁੰਚ ਜਾਂਦਾ ਸੀ। ਸਿਕਿਉਰਿਟੀ ਗਾਰਡ ਦੀ ਜੋਬ ਕਰਦਾ ਸੀਗਾ ਇੱਕ ਘਰ ਦੇ ਬਾਹਰ, ਸ਼ਾਮ ਨੂੰ 5 ਵਜੇ ਵਿਹਲਾ ਹੁੰਦਾ ਸੀਗਾ, ਘਰ ਜਾਂਦੇ ਸੀਗੇ ਨਹਾ ਧੋ ਕੇ ਰੈਡੀ ਸਟੱਡੀ ਹੋ ਕੇ, ਰਾਤ ਨੂੰ ਮੈਂ ਅਤੇ ਮੇਰੀ ਵਾਈਫ 10:30 ਵਜੇ ਨਿਕਲਦੇ ਸੀ। ਸਾਡੇ ਇੱਕ ਕ੍ਰਿਸਟਲ ਮੋਲ ਸੀਗਾ, ਉਹਦੀ ਕਲੀਨਿੰਗ ਕਰਦੇ ਸੀਗੇ, ਉਹਦੇ ਸਾਰੀ ਮੋਪਿੰਗ ਕਰਨੀ ਪੈਂਦੀ ਸੀ, ਮੈਂ ਟੋਇਲਟ ਸਾਫ਼ ਕਰਦਾ ਸੀ, ਉਹ ਫੂਡ ਕੋਰਟ ਦੀਆਂ ਟਰੇਆਂ ਸਾਫ਼ ਕਰਦੀ ਸੀ। ਅਸੀਂ ਦੋਨੇ ਜਣੇ ਮੀਆਂ ਬੀਬੀ ਪੈਸੇ ਜੋੜਦੇ ਸੀ ਅਤੇ ਮੇਰੀ ਐਲਬਮ ਦੇ ਉੱਤੇ ਤਿਆਰ ਕਰਨ ਦੇ ਲਈ ਕਰਦੇ ਸੀ, ਪਰ ਅਸੀਂ ਖੁਸ਼ ਬਹੁਤ ਸੀ। ਮੈਨੂੰ ਐਂ ਲੱਗਦਾ ਸੀਗਾ ਕਿ ਨਹੀਂ ਯਾਰ ਆਪਾਂ ਕਰ ਰਹੇ ਹਾਂ ਕੰਮ, ਵਿਹਲੇ ਥੋੜ੍ਹੀ ਬੈਠੇ ਹਾਂ ਡਟ ਕੇ। ਦੇਖੋ ਕਨੇਡਾ ਆਉਣ ਦੀ ਖਾਜ ਆਪਣੇ ਹੋਈ ਆ, ਇਹ ਆਪਾਂ ਨੂੰ ਇਹ ਕਰਨੀ ਪੈਣੀ ਆ, ਕਿਸੇ ਨੇ ਨਹੀਂ ਕਰਨੀ ਹੈਗੀ। ਮਿਹਨਤ ਦਾ ਮੁੱਲ ਪੈਣਾ ਹੀ ਪੈਣਾ ਵਾ, ਮਿਹਨਤ ਦਾ ਮੁੱਲ ਪੈਣਾ ਹੈ। ਔਰ ਆਪਣੀ ਪੰਜਾਬੀ ਕੌਮ ਜਿੱਦਾਂ ਸਰ ਦੱਸ ਕੇ ਗਏ ਸੀ ਪਹਿਲਾਂ ਵੀ ਆਪਾਂ ਤਾਂ ਡਟੇ ਹੋਏ ਹਾਂ, ਆਪਾਂ ਕਿਸੇ ਵੀ ਮੁਕਾਮ 'ਤੇ ਹੋਈਏ ਆਪਾਂ ਡੋਲਦੇ ਨਹੀਂ ਗੇ। ਵਾਹਿਗੁਰੂ ਦਾ ਨਾਂ ਲਓ, ਮਿਹਨਤ ਕਰੋ, ਸਭ ਕੁਝ ਸੈੱਟ ਹੋ ਜਾਣਾ ਵਾ। ਔਰ